ਇਸ ਲਈ ਉਹਨੂੰ ਉਹਦੇ ਭਾਂਡਿਆਂ ਤੇ ਉਸ ਔਰਤ ਤੇ ਕੀ ਹੈ ਵਿਸ਼ਵਾਸ ਹੈ ਕਹਿੰਦਾ ਆਪਣੇ ਭਾਂਡੇ ਚ ਕੀ ਲਿਆ ਦੇ ਜਦੋਂ ਤੋ ਇਹ ਮੈਂ ਪੀ ਲਵਾਂ ਹਾਂਜੀ ਜਦੋਂ ਲਿਆਉਣ ਲਈ ਚੱਲੀ ਲੈਣ ਲਈ ਚੱਲੀ ਤਾਂ ਉਸਨੇ ਉਹਨੂੰ ਉੱਚੀ ਦਿੱਤੀ ਆਖਿਆ ਪੁਕਾਰਿਆ ਜਰਾ ਇੱਕ ਚੱਪਾ ਟੁਕੜਾ ਵੀ ਆਪਣੇ ਹੱਥ ਵਿੱਚ ਲੈਂਦੀ ਆ ਇੱਕ ਚੱਪਾ ਰੋਟੀ ਦਾ ਵੀ ਆਪਣੇ ਹੱਥ ਚ ਕੀ ਕਰਦੀ ਆਵੀ ਲੈਂਦੀ ਆਵੀ ਅੱਗੋਂ ਮੈਂ ਦੱਸਣਾ ਚਾਹੁੰਦਾ ਥੋੜਾ ਜਿਹਾ ਕਲਾਮ ਦੇ ਮੁਤਾਬਕ ਹੁਣ ਏਡਾ ਸ਼ੇਰ ਜ਼ਬਾਨ ਏਡਾ ਜੋਧਾ ਵਲੀ ਚੱਪੇ ਨਾਲ ਰੱਜ ਜੇਗਾ ਸਭ ਬੋਲੋ ਨਹੀਂ ਰੱਜ ਸਕਦਾ ਲੇਕਿਨ ਉਹਨੇ ਉਹਦੀ ਕੰਡੀਸ਼ਨ ਨੂੰ ਦੇਖਦੇ ਹੋਏ ਮੰਗਿਆ ਉਹਦੀ ਮਾਫ ਕਰਨਾ ਅੱਜ ਕੱਲ੍ਹ ਦੇ ਸੇਵਕਾਂ ਦੇ ਵਾਰੇ ਬਾਰੇ ਜਾਈਏ ਅਗਲੇ ਦੀ ਕੰਡੀਸ਼ਨ ਨਹੀਂ ਦੇਖਦੇ ਅਗਲੇ ਦੀ ਸਥਿਤੀ ਨਹੀਂ ਦੇਖਣੀ ਅਗਲੇ ਦੀ ਕੰਡੀਸ਼ਨ ਨਹੀਂ ਦੇਖਣੀ ਬੜੇ ਚਿਰ ਦਾ ਵਾਕਿਆ ਅਸੀਂ ਉਦੋਂ ਹੌਲੇ ਸੀ ਸੰਤਾਂ ਜੀ ਦੇ ਨਾਲ ਜਾਣ ਦਾ ਮੌਕਾ ਮਿਲਿਆ ਸੀ ਪਿੰਡ ਅਜਨਾਲੇ ਦੇ ਲਾਗੇ ਹੈ ਇੱਕੋ ਪਿੰਡ ਹੈ ਨਾਮ ਨਹੀਂ ਲੈਣਾ ਉੱਥੇ ਜਦੋਂ ਗਏ ਸੀ ਤਾਂ ਹੋਰ ਵੀ ਬੜੇ ਉੱਥੇ ਸੰਤ ਆਏ ਸੀ ਸਾਡੇ ਜਾਣ ਤੋਂ ਪਹਿਲੇ ਬੜੇ ਵਰਸ਼ਿਪਰ ਇਕੱਠੇ ਹੋਏ ਸੀ ਉੱਥੇ ਉਹਨਾਂ ਦਾ ਮੁੰਡਾ ਸੀ ਇਕੱਲਾ ਹੀ ਇਕੱਲਾ ਉਹਨੂੰ ਬਲੱਡ ਕੈਂਸਰ ਸੀ ਅਤੇ ਉਹਨਾਂ ਨੇ ਸੇਵਕਾਂ ਨੂੰ ਬੁਲਾਇਆ ਸੀ ਕਿ ਪ੍ਰੇਅਰ ਕੀਤੀ ਜਾਏ ਤਾਂ ਖੈਰ ਸ਼ਾਇਦ ਖੁਦਾ ਉੱਤੇ ਕੀ ਕਰਦੇ ਅਤੇ ਜਿਹੜੇ ਵਰਸ਼ਿਪਰ ਉੱਥੇ ਇਕੱਠੇ ਹੋਏ ਸੀ ਨਾ ਉਹਨਾਂ ਘਰ ਵਾਲਿਆਂ ਨੂੰ ਕਹਿੰਦੇ ਕਹਿੰਦੇ ਅਸੀਂ ਗਾਉਂਦੇ ਹਾਂ ਅਸੀਂ ਭਜਨ ਗਾਉਂਦੇ ਹਾਂ ਸਾਡੇ ਗਲੇ ਖੁਸ਼ਕ ਹੋ ਜਾਂਦੇ ਨੇ ਅਤੇ ਸਾਨੂੰ ਦੇਸੀ ਘਿਓ ਦੇ ਵਿੱਚ ਮੁਰਗੇ ਬਣਾ ਕੇ ਦਿਓ ਅਤੇ ਜਿਹੜਾ ਦੁੱਧ ਦੇਣਾ ਨਾ ਉਹ 'ਚ ਵੀ ਕੀ ਪਾ ਕੇ ਦਿਓ ਦੇਸੀ ਘਿਓ ਪਾ ਕੇ ਦਿਓ ਤਾਂ ਕਿ ਸਾਡਾ ਗਲਾ ਕੀ ਰਵੇ ਉਹਨਾਂ ਦਾ ਮੁੰਡਾ ਮਰਨੇ ਪਿਆ ਇਕੱਲਾ ਇਕੱਲਾ ਅਤੇ ਉਹਨਾਂ ਕੋਲ ਕੀ ਮੰਗਣ ਦੇ ਸੇਵਕ ਨੂੰ ਪਹਿਲੇ ਕੀ ਵੇਖਣੀ ਚਾਹੀਦੀ ਹੈ ਉਹਨੇ ਥੱਬਾ ਰੋਟੀਆਂ ਦਾ ਨਹੀਂ ਮੰਗਿਆ ਦਸ ਰੋਟੀਆਂ ਨਹੀਂ ਮੰਗੀਆਂ ਵੀਹ ਰੋਟੀਆਂ ਨਹੀਂ ਮੰਗੀਆਂ ਕਿੰਨੀਆਂ ਮੰਗੀਆਂ ਮਤਲਬ ਹਾਲਾਤ ਨੂੰ ਮੱਦੇ ਨਜ਼ਰ ਰੱਖਦੇ ਹੋਏ ਮੰਗੀ ਸਿਚੁਏਸ਼ਨ ਨੂੰ ਮੱਦੇ ਨਜ਼ਰ ਰੱਖਦੇ ਹੋਏ ਉਸਨੇ ਰੋਟੀ ਮੰਗੀ ਮਾਫ ਕਰਨਾ ਜਦੋਂ ਵਿਆਹ ਹੁੰਦੇ ਨਾ ਸ਼ਾਦੀਆਂ ਹੁੰਦੇ ਨੇ ਮਾਫ ਕਰਨਾ ਆ ਜਿਹੜੇ ਬਰਾਤ ਵਾਲੇ ਆ ਨਾ ਜਿਹੜੇ ਮੁੰਡੇ ਵਾਲੇ ਨੇ ਮੈਂ ਵੇਖਿਆ ਇੰਨੀਆਂ ਇੰਨੀਆਂ ਡਿਮਾਂਡਾਂ ਰੱਖ ਦਿੰਦੇ ਜਿਹੜੇ ਲੜਕੀ ਵਾਲੇ ਕੀ ਨਹੀਂ ਕਰ ਸਕਦੇ ਕਹਿੰਦੇ ਸਾਡੇ ਨਾਲ 550 ਬੰਦਾ ਆਉਣਾ ਹੈ ਪਹਿਲੇ ਵੇਖ ਲਓ ਕਿ 550 ਨੂੰ ਹੈਂਡਲ ਕਰਨ ਵਾਲੇ ਹੈਗੇ ਕਿ ਨਹੀਂ ਉਹ 550 ਨੂੰ ਹੈਂਡਲ ਕਰ ਲੈਣਗੇ ਕਿ ਨਹੀਂ ਇਹ ਆਸ਼ਿਸ਼ ਦੇਣ ਵਾਸਤੇ ਗਿਆ ਇਲੀਆ ਉਹਨਾਂ ਦਾ ਜਲੂਸ ਕੱਢਣ ਲਈ ਨਹੀਂ ਗਿਆ ਕਈ ਤਾਂ ਮਾਫ ਕਰਨਾ ਕੀ ਕੱਢਣ ਦੇ ਲਈ ਜਾਂਦੇ ਨੇ ਜਲੂਸ ਕੱਢਣ ਦੇ ਲਈ ਜਾਂਦੇ ਲੈ ਮੈਂ 100 ਦਾ ਤੇਲ ਬਾਲ ਆਇਆ ਵਾ ਅਤੇ 50 ਰੁਪਈਏ ਮੈਨੂੰ ਦੇ ਦਿੱਤੇ ਕੀ ਸੁਣਾਉਂਦੇ ਤੂੰ ਤੇਲ ਕਾਹਲੀ ਬਾਲ ਕੇ ਗਿਆ ਤੂੰ ਘੜੁੱਕੇ ਮਗਰ ਲੰਮ ਕੇ ਚੱਲ ਜਾਂਦਾ ਟਰਾਲੀ ਮਗਰ ਕੀ ਸੁਣਾਉਂਦੇ ਨੇ ਤੇਲ ਕਿੰਨੇ ਦਾ ਤੇਲ ਬਾਲਾ ਮੈਂ ਵੇਖਿਆ ਸੇਵਕਾਂ ਕੋਲ ਟੈਕਟ ਵੀ ਬੜੇ ਹੁੰਦੇ ਮੰਮੀ ਸੇਵਕ ਹੀ ਆ ਪਰ ਟੈਕਟ ਬੜੇ ਹੁੰਦੇ ਨੇ ਇਹਨਾਂ ਨੇ ਕਿਸੇ ਦੇ ਘਰ ਜਾਣਾ ਨਾ ਉੱਥੇ ਜਾ ਕੇ ਤਾਂ ਮੋਟਰਸਾਈਕਲ ਲਾ ਦੇਣਾ ਅਤੇ ਫਿਰ ਉਹਨਾਂ ਨੂੰ ਪੁੱਛਣਾ ਯਾਰ ਤੁਹਾਡੇ ਇੱਥੇ ਪੈਟਰੋਲ ਪੰਪ ਨਹੀਂ ਹੈਗਾ ਕੋਈ ਵੀ ਕਹਿ ਹੀ ਦੇਣ ਵੀ ਸੰਤ ਜੀ ਲਿਆਓ ਮੈਂ ਪਵਾ ਕੇ ਲਿਆ ਦਿੰਦਾ ਭਲਾ ਇਹਨੂੰ ਨਹੀਂ ਪਤਾ ਵੀ ਪੈਟਰੋਲ ਪੰਪ ਤੇ ਅੱਜ ਕੱਲ੍ਹ ਪੈਰ ਪੈਰ ਤੇ ਆ ਉਹਨਾਂ ਨੂੰ ਜਾ ਕੇ ਪੁੱਛਣ ਡਿਆ ਵਾ ਵੀ ਉਹਨਾਂ ਦਾ ਰਾਮ ਰਾਖ ਨਾਲ ਸਿੱਧਾ ਕੰਟੈਕਟ ਆ ਇਹ ਟੈਕਟ ਹੁੰਦੇ ਨੇ ਕੀ ਹੁੰਦੇ ਨੇ ਇਹਨਾਂ ਟੈਕਟਾਂ ਤੋਂ ਬਚਿਆ ਕਰੋ ਜਿਹੜਾ ਸੇਵਕ ਘਰ ਆ ਕੇ ਪੁੱਛਦਾ ਨਾ ਇੱਥੇ ਪੈਟਰੋਲ ਪੰਪ ਨਹੀਂ ਹੈਗਾ ਉਹਨੂੰ ਕਹਿ ਦਿਆ ਕਰੋ ਸਾਨੂੰ ਨਹੀਂ ਪਤਾ ਹੀ ਨਹੀਂ ਪਾਇਆ ਕਦੇ ਇਹ ਟੈਕਟ ਹੁੰਦੇ ਇਹ ਟੈਕਟੀਆਂ ਤੋਂ ਕੀ ਰਿਹਾ ਕਰੋ ਇਹ ਠੱਗਾਂ ਤੋਂ ਕੀ ਰਿਹਾ ਕਰੋ ਬਚ ਕੇ ਰਿਹਾ ਕਰੋ ਲੇਕਿਨ ਜੱਜ ਇੰਜ ਸਹਿ ਲਾ ਕੇ ਬਹਿੰਦੇ ਨੇ ਜਿਸ ਤਰ੍ਹਾਂ ਡਾਕੂਆਂ ਦਾ ਕੋਈ ਕਾਫਲਾ ਹੱਦ ਤੋਂ ਜ਼ਿਆਦਾ ਕਿਸੇ ਨੂੰ ਕੀ ਨਾ ਕਰੋ ਡਿਮਾਂਡ ਨਾ ਰੱਖੋ ਲੋੜ ਤੋਂ ਜ਼ਿਆਦਾ ਕਿਸੇ ਨੂੰ ਕੀ ਨਾ ਕਰੋ ਨਾ ਅਜ਼ਮਾਓ ਕਿਸੇ ਨੇ ਕਿਹਾ ਰੱਬ ਵਿੱਚ ਤੇ ਦੁਨੀਆਂ ਵਿੱਚ ਫਰਕ ਕੀ ਆ ਕਹਿੰਦਾ ਮੇਰੇ ਰੱਬ ਨੇ ਮੈਨੂੰ ਹੱਦ ਤੋਂ ਜ਼ਿਆਦਾ ਨਹੀਂ ਅਜ਼ਮਾਇਆ
ਦੁਨੀਆ ਨੇ ਮੈਨੂੰ ਉੱਥੋਂ ਅਜ਼ਮਾਇਆ ਜਿੱਥੋਂ ਮੇਰੀ ਪਾਵਕੀ ਵਾਹ ਖਤਮ ਹੋ ਗਈ, ਉੱਥੋਂ ਅਜ਼ਮਾਉਣਾ ਕੀ ਕੀਤਾ। ਰੱਬ ਵੀ ਬੰਦੇ ਦੀ ਕੰਪੈਸਿਟੀ ਤੋਂ ਜ਼ਿਆਦਾ ਨਹੀਂ ਅਜ਼ਮਾਉਂਦਾ, ਤੇ ਲੇਕਿਨ ਦੁਨੀਆ ਜਿਹੜੀ ਕੰਪੈਸਿਟੀ ਤੋਂ ਜ਼ਿਆਦਾ ਨਿਚੋੜਦੀ, ਕੰਪੈਸਿਟੀ ਤੋਂ ਜ਼ਿਆਦਾ ਨਿਚੋੜਦੀ ਬੰਦੇ ਨੂੰ। ਇਸ ਲਈ ਕਹਿੰਦਾ ਇੱਕ ਚੱਪਾ ਕੀ ਲੈ ਕੇ ਆ, ਕਿਉਂਕਿ ਖਾਣ ਲਈ ਨਹੀਂ ਮੰਗ ਰਿਹਾ, ਉਹ ਆਸ਼ੀਸ਼ ਦੇਣ ਲਈ ਮੰਗ ਰਿਹਾ। ਹਾਲੇਲੂਇਆ। ਜੇ ਖਾਣ ਲਈ ਮੰਗਦਾ ਤੇ 12-14 ਮੰਗਦਾ। ਦੂਸਰੀ ਚੀਜ਼, ਉਹਦੀ ਕੰਪੈਸਿਟੀ ਉਹਦੀ ਹੈਸੀਅਤ ਤੋਂ ਜ਼ਿਆਦਾ ਨਹੀਂ ਮੰਗੀ, ਲੇਕਿਨ ਜਦੋਂ ਰੋਟੀ ਦਾ ਨਾਂ ਲਿਆ ਤਾਂ ਉਸ ਬੀਬੀ ਦੇ ਪੈਰ ਥੰਮ ਗਏ। ਤਾਂ ਕੀ ਕਹਿੰਦੀ ਹੈ ਅੱਗੋਂ ਉਸ ਆਖਿਆ ਕਿਆ, ਜਿਉਂਦੇ ਯਹੋਵਾ ਤੇਰੇ ਪਰਮੇਸ਼ਵਰ ਦੀ ਯਹੋਵਾ ਤੇਰੇ ਖੁਦਾ ਦੀ ਕਸਮ, ਮੇਰੇ ਕੋਲ ਕੁਝ ਵੀ ਰਿੱਧਾ ਪੱਕਾ ਨਹੀਂ, ਕੁਝ ਵੀ ਰਿੱਧਾ ਔਰ ਪੱਕਾ ਨਹੀਂ ਹੈ, ਪਰ ਇੱਕ ਤੌਲੇ ਵਿੱਚ ਇੱਕ ਮੁੱਠੀ ਸਿਰਫ ਆਟੇ ਦੀ ਹੈ ਅਤੇ ਥੋੜਾ ਜਿਹਾ ਤੇਲ ਕੁੱਜੀ ਵਿੱਚ ਹੈ। ਥੋੜਾ ਜਿਹਾ ਤੇਲ ਕੀ ਹੈ? ਇੱਕ ਮੁੱਠ ਆਟੇ ਦੀ ਦਾ ਮਤਲਬ ਹੈ ਸਾਡੀ ਹੱਕ ਸੱਚ ਦੀ, ਤੇ ਸਾਡੀ ਕਿਰਤ ਦੀ ਹੈ, ਤੇ ਸਾਡੀ ਦਹਾਂ ਨੌਵਾਂ ਦੀ ਹੈ। ਕਾਹਦੇ ਵਿੱਚ? ਤੁਸੀਂ ਵੇਖੋ ਜਿਹੜਾ ਤੁਹਾਡੀ ਕੁੱਜੀ ਵਿੱਚ ਹੈ ਉਹ ਤੁਹਾਡੇ ਆਪਣੇ ਹੱਥ ਦਾ ਆ, ਇੱਕ ਮੁੱਠ ਚੋਂ ਨਿਕਲਿਆ ਆ, ਹੱਥਾਂ ਦਾ, ਨੌਵਾਂ ਦਾ ਵਾ, ਕਿਰਤ ਦਾ ਆ ਕਿ ਥੱਬਿਆਂ ਨਾਲ ਹੈ? ਕਹਿੰਦੀ ਕੀ ਹੈ ਇੱਕ ਮੁੱਠ ਦਾ ਮਤਲਬ? ਕੀ ਹੈ? ਸਾਡੀ ਮਿਹਨਤ ਦਾ ਆ। ਕਾਹਦਾ? ਸਾਡੀ ਮੁਸ਼ਕਤ ਦਾ ਆ। ਜਿਹੜਾ ਤੁਹਾਡੇ ਭੰਡੋਰਿਆਂ ਵਿੱਚ ਆ, ਜਿਹੜਾ ਤੁਹਾਡੇ ਖਜ਼ਾਨਿਆਂ ਵਿੱਚ ਆ, ਜਿਹੜਾ ਤੁਹਾਡੇ ਬੈਂਕ ਬੈਲੈਂਸ ਆ, ਉਹ ਕਿਹੜਾ ਆ? ਦੇਖੋ ਭਲਾ, ਇੰਨੀ ਸ਼ਾਂਤੀ